ਜਿਹੜਾ ਕਾਰੀਗਰ ਆ ਸੰਨੀ ਜਿਹਦਾ ਨਾਂ ਆ ਉਹ ਆਪਣਾ ਹਵਾ ਨਾਲ ਮਸ਼ੀਨ ਨੂੰ ਸਾਫ਼ ਕਰਨ ਲੱਗਾ ਅਤੇ ਸਾਫ਼ ਕਰਦਾ ਕਰਦਾ ਉਹਨੇ ਜਿਹੜਾ ਸਾਡਾ ਭਤੀਜਾ ਉਹਦੀ ਬੈਗ 'ਤੇ ਪੈਰ ਲਾ ਦਿੱਤੀ ਹੈ ਜਿਹਦੇ ਕਰਕੇ ਉਹਦੇ ਪੇਟ 'ਚ ਗੈਸ ਭਰ ਗਈ ਅਤੇ ਅੰਦਰੋਂ ਨਾੜ ਫਟ ਗਈ ਹੈ। ਮੁੰਡਾ ਜਿਹੜਾ ਲਾਗੇ ਖੜ੍ਹਾ ਮੇਰਾ ਲੜਕਾ ਬਾਹਰ ਮਸ਼ੀਨ ਤੋਂ ਉਤਰ ਕੇ ਖੜ੍ਹਾ ਹੋ ਗਿਆ ਸੀ ਅਤੇ ਮਗਰੋਂ ਮੇਰੇ ਬੱਚੇ ਨੇ ਪੇਟ ਫੜਿਆ ਦੂਸਰੇ ਬੱਚੇ ਜਿਹੜੇ ਆਦਮੀ ਨੇ ਸ਼ਰਾਰਤ ਕੀਤੀ ਹੈ ਉਹਨੇ ਆਪਣੇ ਪੈਪ ਉਹਦੇ ਮਗਰ ਪੇਟ ਨੂੰ ਲਾਈ ਹੈ ਇਹਨੇ ਉਸੇ ਵੇਲੇ ਪੇਟ ਆਪਣਾ ਫੜ ਕੇ ਬਾਹਰ ਨੂੰ ਪਜਾਇਆ ਡੈਡੀ ਮੈਨੂੰ ਹੋਸਪਿਟਲ ਲੈ ਸੰਨੀ ਕੁਮਾਰ ਇਹਨੇ ਜਿਹੜੀ ਉਹ ਪਾਈਪ ਜਿਹੜੀ ਹੈਗੀ ਸੀ ਲਾਈਟ ਪੋਜਨ ਵਾਲੀ ਉਹਦੇ ਜਿਹੜਾ ਮੁੰਡਾ ਹੈਗਾ ਆਪਣੇ ਰਜੇਸ਼ ਕੁਮਾਰ ਉਹਦੇ ਪਖਾਨੇ ਵਾਲੇ ਪਾਸੇ ਨੂੰ ਮੂੰਹ ਕਰ ਦਿੱਤਾ ਉਹ ਜਿਹੜੀ ਲਾਈਟ ਪੋਜਨ ਦੀ ਹਵਾ ਨਾ ਉਹਦੇ ਅੰਦਰ ਪੇਟ ਵਿੱਚ ਭਰ ਗਈ। ਜੇਕਰ ਮਜ਼ਾਕ ਵਿੱਚ ਕਿਸੇ ਦੀ ਜਾਨ ਚਲੀ ਜਾਵੇ ਤਾਂ ਪਛਤਾਉਣੇ ਤੋਂ ਇਲਾਵਾ ਸਾਡੇ ਪੱਲੇ ਕੁਛ ਨਹੀਂ ਬਚਦਾ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਬਟਾਲਾ ਰੋਡ ਤੇ ਸਥਿਤ ਇੱਕ ਹਵਾ ਭਰਨ ਵਾਲੀ ਨਿੱਜੀ ਫੈਕਟਰੀ ਵਿੱਚ ਵਾਪਰੀ ਹੈ। ਉੱਥੇ ਪੀੜਤ ਮੁੰਡੇ ਦੇ ਪਿਤਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਬੇਟਾ ਇੱਕੋ ਹੀ ਫੈਕਟਰੀ ਵਿੱਚ ਕੰਮ ਕਰਦੇ ਹਨ ਅਤੇ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਘਰ ਵਾਪਸ ਚਲੇ ਸਨ ਸੰਨੀ ਨਾਂ ਦੇ ਮੁੰਡੇ ਵੱਲੋਂ ਉਸ ਦੇ ਬੇਟੇ ਦੇ ਗੁਪਤ ਅੰਗ ਵਿੱਚ ਪਾਈਪ ਲਗਾ ਕੇ ਉਸ ਵਿੱਚ ਹਵਾ ਭਰਨ ਲੱਗਿਆ ਜਿਸ ਕਾਰਨ ਉਸ ਦਾ ਪੇਟ ਫੁੱਲ ਗਿਆ ਅਤੇ ਉਸ ਦੇ ਅੰਦਰ ਦੀਆਂ ਕੁਝ ਨਾੜੀਆਂ ਫਟ ਗਈਆਂ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਾਮ ਗਿਆਨਚੰਦ ਭਾਜੀ। ਕੀ ਹੋਇਆ ਭਾਜੀ ਸਰ? ਭਤੀਜੇ ਸਾਡੇ ਦਾ ਐਕਸੀਡੈਂਟ ਹੋ ਗਿਆ ਤੇ ਫੈਕਟਰੀ ਦੇ ਅੰਦਰ। ਕਿਸ ਤਰ੍ਹਾਂ ਕੀ ਹੋਇਆ? ਹਾਰ ਕੇ ਮਤਲਬ ਫੈਕਟਰੀ ਬਟਾਲਾ ਰੋਡ ਤੇ ਉਹਦੇ ਅੰਦਰ ਹੋਇਆ ਕੀ ਸੀ? ਕਿਸ ਤਰ੍ਹਾਂ ਹੋਇਆ? ਇਸ ਤਰ੍ਹਾਂ ਕਿ ਸਾਡੇ ਭਾਜੀ ਵੀ ਤੇ ਭਤੀਜਾ ਸਾਡੇ ਦੋਵੇਂ ਕਿੱਥੇ ਕੰਮ ਕਰਦੇ ਉਹ ਕੰਮ ਕਰਕੇ ਮਸ਼ੀਨ ਤੁਹਾਡੇ ਆ ਜੀ ਤੇ ਆਪਣਾ ਫ੍ਰੀ ਹੋ ਗਏ ਆ ਬਾਹਰ ਆਉਣ ਲੱਗੇ ਆ ਅਤੇ ਜਿਹੜਾ ਕਾਰੀਗਰ ਆ ਸੰਨੀ ਜਿਹਦਾ ਨਾਂ ਆ ਉਹ ਆਪਣਾ ਹਵਾ ਨਾਲ ਮਸ਼ੀਨ ਨੂੰ ਸਾਫ਼ ਕਰਨ ਲੱਗਾ ਅਤੇ ਸਾਫ਼ ਕਰਦਾ ਕਰਦਾ ਉਹਨੇ ਜਿਹੜਾ ਸਾਡਾ ਭਤੀਜਾ ਉਹਦੀ ਬੈਗ 'ਤੇ ਪੈਰ ਲਾ ਦਿੱਤੀ ਹੈ ਜਿਹਦੇ ਕਰਕੇ ਉਹਦੇ ਪੇਟ 'ਚ ਗੈਸ ਭਰ ਗਈ ਅਤੇ ਅੰਦਰੋਂ ਨਾੜ ਫਟ ਗਈ ਹੈ ਅਤੇ ਉਹ ਚੀਕਾ ਮਾਰਦਾ ਬਾਹਰ ਨੂੰ ਭੱਜਿਆ ਭਾਜੀ ਵੱਲ ਨੂੰ ਅਤੇ ਇਹ ਉਸੇ ਵੇਲੇ ਮਤਲਬ ਉਹਨੂੰ ਬੇਹੋਸ਼ੀ ਦੀ ਹਾਲਤ 'ਚ ਹੋਸਪਿਟਲ ਆਏ ਕੇ ਡੀ ਹੋਸਪਿਟਲ ਆਉਂਦੇ ਐਡਮਿਟ ਕਰਾ ਦਿੱਤਾ ਅਤੇ ਦੁਸ਼ਮਣੀ ਸੀ ਕਿ ਵੈਸੇ ਤਮਾਸ਼ਬੀ ਨਾਲ ਨਹੀਂ ਲਾਤੀ ਭਾਜੀ ਇਹ ਹੁਣ ਅਸੀਂ ਕੀ ਕਰ ਸਕਦੇ ਜੀ ਸਾਡਾ ਤਾਂ ਬੱਚਾ ਪਹਿਲਾਂ ਤਾਂ ਜਵਾਬ ਡਾਕਟਰਾਂ ਨੇ ਜਵਾਬ ਹੀ ਦੇ ਦਿੱਤਾ ਕਿ ਮਤਲਬ ਕਿ ਬਹੁਤ ਔਖਾ ਆ ਪਰ ਫਿਰ ਵੀ ਚਲੋ ਪ੍ਰਭੂ ਦੀ ਕਿਰਪਾ ਨਾਲ ਹਾਂਜੀ ਮੁੰਡੇ ਦੀ ਉਮਰ ਕਿੰਨੀ ਮੁੰਡੇ ਦੀ ਉਮਰ 32 32 33 ਸਾਲ ਆੜੀ ਆ ਵਿਆਹ ਆ ਭਾਜੀ ਬੱਚੇ ਆ ਦੋ ਦੇ ਛੋਟੇ ਬੱਚੇ ਦੋ ਠੀਕ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਨਾਮ ਮੇਰਾ ਭਗਵਾਨ ਦਾ ਭਗਵਾਨ ਜੀ ਕੀ ਹੋਇਆ ਹੋਇਆ ਇਹ ਜੀ ਅਸੀਂ ਦੋਵੇਂ ਪਿਓ ਪੁੱਤ ਇੱਕ ਮਸ਼ੀਨ 'ਤੇ ਕੰਮ ਕਰਦੇ ਹਾਂਜੀ ਉਹਦਾ ਅਸੀਂ ਆਪਣਾ ਕੰਮ ਖਤਮ ਕਰਕੇ ਮਸ਼ੀਨ ਤੋਂ ਅਤੇ ਥੱਲੇ ਉਤਰੇ ਹਾਂ ਥੱਲੇ ਉਤਰ ਕੇ ਅਤੇ ਮੁੰਡਾ ਜਿਹੜਾ ਲਾਗੇ ਖੜ੍ਹਾ ਮੇਰਾ ਲੜਕਾ ਬਾਹਰ ਮਸ਼ੀਨ ਤੋਂ ਉਤਰ ਕੇ ਖੜ੍ਹਾ ਹੋ ਗਿਆ ਸੀ ਅਤੇ ਮੈਂ ਬਾਹਰ ਨੂੰ ਗਿਆ ਅਤੇ ਮਗਰੋਂ ਮੇਰੇ ਬੱਚੇ ਨੇ ਪੇਟ ਫੜਿਆ ਦੂਸਰੇ ਬੱਚੇ ਜਿਹੜੇ ਆਦਮੀ ਨੇ ਸ਼ਰਾਰਤ ਕੀਤੀ ਹੈ ਉਹਨੇ ਆਪਣੇ ਪੈਪ ਉਹਦੇ ਮਗਰ ਪੇਟ ਨੂੰ ਲਾਈ ਹੈ ਇਹਨੇ ਉਸੇ ਵੇਲੇ ਪੇਟ ਆਪਣਾ ਫੜ ਕੇ ਬਾਹਰ ਨੂੰ ਪਜਾਇਆ ਡੈਡੀ ਮੈਨੂੰ ਹੋਸਪਿਟਲ ਪੇਟ ਪੇਟ ਫੁੱਲ ਗਿਆ ਸੀ ਪੇਟ ਫੁੱਲ ਗਿਆ ਬਿਲਕੁਲ ਟੈਟ ਹੋ ਗਿਆ ਸੀ ਆਕੜ ਗਿਆ ਇੰਨੀ ਹਵਾ ਫੜ ਸਿਰਫ ਹੈ ਕਿ ਅਟੈਚਮੈਂਟ ਮੈਂ ਸਮਝੋ 2 ਸਕਿੰਟ ਜਾਂ 3 ਸਕਿੰਟ ਜਾਂ 4 ਸਕਿੰਟ ਇਸ਼ਾਰਾ ਹੀ ਹੋਇਆ ਕਿ ਅੱਧੀ ਇੰਚ ਦਾ ਉਹਦਾ ਪੈਪ ਹੈਗੀ ਉਹ ਮਿੰਟੋ ਮਿੰਟ ਪ੍ਰੈਸ਼ਰ ਜਿਹੜੀ ਆਈ ਹੁਣ ਇੱਥੋਂ ਜ਼ਮੀਨ ਤੋਂ ਉੱਤੇ 20 ਫੁੱਟ ਤੱਕ ਪੈਪ ਉਹਦੀ ਹਵਾ ਛਿੱਟ ਗਈ ਨਾ 20 ਫੁੱਟ ਤੋਂ ਉੱਪਰ ਉਹਦੀ ਹਵਾ ਤੱਕ ਇੰਨਾ ਪ੍ਰੈਸ਼ਰ ਹੈਗਾ ਏਅਰ ਕੰਪਰੈਸ਼ਰ ਬੱਚੇ ਦੀ ਹਾਲਤ ਠੀਕ ਹੈ ਬੱਚਾ ਤਾਂ ਦੇਖੋ ਜੀ ਆਈ ਸੀ ਯੂ ਬਾਹਰ ਆਏਗਾ ਤਾਂ ਫਿਰ ਹੀ ਸਾਨੂੰ ਪਤਾ ਲੱਗਣਾ ਕਿ ਠੀਕ ਹੈ ਹਾਂਜੀ ਸਰ ਕੀ ਮਾਮਲਾ ਹੈਗਾ ਇਹ ਜੀ ਰਜੇਸ਼ ਕੁਮਾਰ ਹੈਗਾ ਜੀ ਲੜਕਾ ਆਰ ਕੇ ਓਵਰਸੀ ਫੈਕਟਰੀ ਬਟਾਲਾ ਰੋਡ ਜਿਹੜੀ ਆ ਉੱਥੇ ਕੰਮ ਕਰਦਾ ਸੀਗਾ ਜੀ ਇਹਦੇ ਨਾਲ ਹੀ ਮਿਤੀ 28/6/19 ਦੀ ਗੱਲ ਹੈ ਇਹਦੇ ਨਾਲ ਇੱਕ ਮੁੰਡਾ ਸੰਨੀ ਦੀ ਪੁੱਤਰ ਪਵਨ ਕੁਮਾਰ ਮੋਹਕਮਪੁਰੇ ਦਾ ਇਹ ਵੀ ਦੋਵੇਂ ਉੱਥੇ ਇੱਕੋ ਫੈਕਟਰੀ 'ਚ ਕੰਮ ਕਰਦੇ ਸੀਗੇ ਉਸ ਦਿਨ ਫੈਕਟਰੀ ਵਿੱਚ ਨਾ ਉਹ ਜਿਹੜੀ ਮਸ਼ੀਨਾਂ ਨੂੰ ਸਾਫ਼ ਕਰਨ ਵਾਸਤੇ ਨਾ ਜੀ ਇੱਕ ਹੁੰਦੀ ਨਾਈਟ੍ਰੋਜਨ ਦੀ ਪਾਈਪ ਜੀ ਉਹਨੂੰ ਜਿਹੜੀ ਉਹ ਸਾਫ਼ ਕਰ ਰਹੇ ਸੀਗੇ ਅਤੇ ਜਿਹੜਾ ਇਹ ਹੈਗਾ ਸੰਨੀ ਕੁਮਾਰ ਇਹਨੇ ਜਿਹੜੀ ਉਹ ਪਾਈਪ ਜਿਹੜੀ ਹੈਗੀ ਸੀ ਨਾਈਟ੍ਰੋਜਨ ਵਾਲੀ ਉਹਦੇ ਜਿਹੜਾ ਮੁੰਡਾ ਹੈਗਾ ਆਪਣੇ ਰਜੇਸ਼ ਕੁਮਾਰ ਉਹਦੇ ਪਖਾਨੇ ਵਾਲੇ ਪਾਸੇ ਨੂੰ ਮੂੰਹ ਕਰ ਦਿੱਤਾ
ਉਹ ਜਿਹੜੀ ਨਾਈਟ੍ਰੋਜਨ ਦੀ ਹਵਾ ਨਾ ਉਹਦੇ ਅੰਦਰ ਪੇਟ ਵਿੱਚ ਭਰ ਗਈ, ਪੇਟ ਵਿੱਚ ਭਰਨ ਕਰਕੇ ਉਹਦਾ ਪੇਟ ਕਾਫੀ ਜਿਹੜਾ ਫੁੱਲ ਗਿਆ ਸੀਗਾ ਅਤੇ ਉਹਨੂੰ ਉੱਥੇ ਕੇ ਡੀ ਹੋਸਪਿਟਲ ਦਾਖਲ ਕਰਾਇਆ ਜਿੱਥੇ ਉਹਦਾ ਓਪਰੇਸ਼ਨ ਹੋਇਆ। ਉਹ ਜ਼ਿਆਦਾ ਅਜੇ ਬੇਹੋਸ਼ੀ ਦੀ ਹਾਲਤ ਵਿੱਚ ਹੈ। ਇੱਥੇ ਇਹਦੇ ਜਿਹੜਾ ਬਾਪ ਹੈਗਾ ਭਗਵਾਨ ਦਾਸ, ਉਹਦੇ ਬਿਆਨ ਲਿਖ ਕੇ ਜਿਹੜਾ ਮੁਕੱਦਮਾ ਜਿਹੜਾ ਦਰਜ ਰਜਿਸਟਰ ਸਨੀ ਦੇ ਖਿਲਾਫ ਕੀਤਾ ਗਿਆ ਸੀ, ਮੁਕੱਦਮਾ ਨੰਬਰ 76/3028 ਸੀ। ਅਤੇ ਦੋਸ਼ੀ ਨੂੰ ਜਿਹੜਾ ਵਾ ਕੱਲ੍ਹ ਆਪਣੇ ਗ੍ਰਿਫਤਾਰ ਕੀਤਾ ਗਿਆ, ਸਨੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਜੀ। ਅਤੇ ਉਹਦੇ ਨਾਲ ਉਹ ਬੰਦੇ ਦੀ ਪਿਟੀਸ਼ਨ ਜਿਹੜੀ ਸੀਰੀਅਸ ਬਣੀ ਹੋਈ ਹੈ ਅਤੇ ਅਜੇ ਵੀ ਅਨਕੋਨਸ਼ੀਅਸ ਹੈ। ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਜੀ ਅਤੇ ਉਹਦੇ ਬਾਪ ਦੇ ਮੈਨਾਂ ਦਾ ਕੇਸ ਜਿਹੜਾ ਤੁਰਦੀ ਜਾ ਰਹੀ ਹੈ। ਇੱਕੋ ਦੋਸ਼ੀ ਇੱਕੋ ਦੁਸ਼ਮਣ ਗ੍ਰਿਫਤਾਰ ਕਰ ਲਿਆ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ। A to Z problem solution world famous black magic expert Baba Pandit Deendayal ji 7 ghante ch ghar baithe vashikaran PR vich rukawat jadoo tona pyar ch tokha love marriage naukri dushman di chutti santanheenta di samasya da hal 100% guarantee naal hun tak vashikaran love marriage ate PR de kai case hal kite mere to pehla kam karan walyan nu muh mangya inaam lottery specialist Baba Deendayal ji